ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਪ੍ਰਸਿੱਧ ਵਿਦਵਾਨ ਸੈਮੂਅਲ ਹਟਿੰਗਰ ਦਾ ਕਥਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਦਾ ਪਤਾ ਨਹੀਂ, ਉਹ ਅਜਿਹੇ ਰੁੱਖ ਹਨ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹਨ। ਅਮਾਨਤ ਖਾਂ ਦੀ ਕੈਲੀਗ੍ਰਾਫੀ ਦੇਖ ਕੇ ਪ੍ਰਸੰਨ ਹੋਏ ਸ਼ਾਹਜਹਾਂ ਨੇ ਉਸ ਨੂੰ 1632 ਈਸਵੀ ਵਿੱਚ ਇਹ ਰਿਆਸਤ ਦਿੱਤੀ ਸੀ, ਜਿੱਥੇ 1640 ਈਸਵੀ ਵਿੱਚ ਨਾਨਕਸ਼ਾਹੀ ਇੱਟਾਂ ਨਾਲ ਖੂਬਸੂਰਤ ਸਰਾਂ ਦਾ ਨਿਰਮਾਣ ਕੀਤਾ। ਉੱਥੇ ਹੀ ਇਸ ਪੁਰਾਣੀ ਹਵੇਲੀ ਦਾ ਨਿਰਮਾਣ ਵੀ ਕੀਤਾ, ਜਿਸ ਹਵੇਲੀ ਨੂੰ ਤੁਸੀਂ ਦੇਖ ਰਹੇ ਹੋ। ਇਸ 'ਤੇ ਉਕੇਰੇ ਗਏ ਬਹੁਤ ਹੀ ਖੂਬਸੂਰਤ ਦਿਲਕਸ਼ ਚਿੱਤਰ ਅਤੇ ਇਹਦੇ ਸਾਹਮਣੇ ਸਥਿਤ ਹੈ ਪੁਰਾਤਨ ਖੂਹ। ਕਹਿੰਦੇ ਹਨ ਕਿ ਸਰਾਂ ਦੇ ਅੰਦਰ 4 ਵੱਡੇ ਖੂਹ ਅਤੇ 7 ਖੂਹੀਆਂ ਬਣਾਈਆਂ ਗਈਆਂ ਸਨ, ਤਾਂ ਕਿ ਪਾਣੀ ਦੀ ਕੋਈ ਸਮੱਸਿਆ ਨਾ ਰਹੇ। ਇਹ ਹੈ ਪੁਰਾਣੀ ਹਵੇਲੀ 'ਤੇ ਕੀਤੀ ਗਈ ਪੇਂਟਿੰਗਸ, ਕਿਉਂਕਿ ਅਮਾਨਤ ਖਾਂ ਖੁਦ ਵੀ ਇੱਕ ਵਧੀਆ ਕੈਲੀਗ੍ਰਾਫਰ ਸੀ। ਕੈਲੀਗ੍ਰਾਫਰ ਦਾ ਭਾਵ ਕਿ ਕੁਰਾਨ ਦੀਆਂ ਆਇਤਾਂ ਨੂੰ ਪੇਂਟਿੰਗ ਦੇ ਅਦਾਜ ਵਿੱਚ ਕੰਧਾਂ ਜਾਂ ਇਮਾਰਤਾਂ 'ਤੇ ਉਕੇਰਨਾ, ਜਿਸ ਵਿੱਚ ਅਮਾਨਤ ਖਾਂ ਨੂੰ ਮਹਾਰਤ ਸੀ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਪੁਰਾਣੀ ਹਵੇਲੀ ਜੋ ਸਰਾਏ ਅਮਾਨਤ ਖਾਂ ਦੇ ਅੰਦਰ ਮੌਜੂਦ ਹੈ। ਇਹ ਹਨ ਪੁਰਾਤਨ ਦਰਵਾਜ਼ੇ। ਇੱਥੋਂ ਦੇ ਲੋਕਾਂ ਦੇ ਅਨੁਸਾਰ ਸਰਾਏ ਅਮਾਨਤ ਖਾਂ ਦੇ ਖੰਡਰ ਬਣਨ ਦਾ ਇੱਕ ਕਾਰਨ ਇਹ ਪੁਰਾਤਨ ਲੱਕੜ ਵੀ ਹੈ। ਇਹ ਹੈ ਪੁਰਾਣੀ ਹਵੇਲੀ ਦੇ ਅੰਦਰ ਦੇ ਦ੍ਰਿਸ਼। ਇਸ ਦੇ ਮਾਲਕ ਵਿਜੇ ਮਹਿਤਾ ਵੱਲੋਂ ਸਾਨੂੰ ਜਿੱਥੇ ਭਾਵਪੂਰਨ ਅਤੇ ਨਿੱਘੀ ਜੀਵਾਂ ਆਖਿਆ ਗਿਆ, ਉੱਥੇ ਹੀ ਚੌਂ ਚਾਈ ਆਪਣੀ ਹਵੇਲੀ ਨੂੰ ਸਾਨੂੰ ਤੁਹਾਨੂੰ ਦਿਖਾਉਣ ਲਈ ਆਗਿਆ ਵੀ ਦਿੱਤੀ। ਇਹ ਹੈ ਹਵੇਲੀ ਦੇ ਅੰਦਰ ਦੇ ਦ੍ਰਿਸ਼। ਉਹਨਾਂ ਅਨੁਸਾਰ ਇਹ ਪ੍ਰਾਤਨ ਦਰਵਾਜ਼ੇ ਹੀ ਹਨ ਅਤੇ ਇੰਨੇ ਮੋਟੇ ਹਨ ਕਿ ਇਹਨਾਂ ਵਿੱਚੋਂ ਗੋਲੀ ਵੀ ਆਰ ਪਾਰ ਨਹੀਂ ਹੋ ਸਕਦੀ। ਇਹਨਾਂ ਲੱਕੜ ਦੇ ਦਰਵਾਜ਼ਿਆਂ 'ਤੇ ਜਿੱਥੇ ਮੀਨਾਕਾਰੀ ਕੀਤੀ ਗਈ ਹੈ, ਉੱਥੇ ਹੀ ਪਿੱਤਲ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਖੰਡਰ ਹੋਈ ਸਰਾਏ ਅਮਾਨਤ ਖਾਂ ਦਾ ਹਿੱਸਾ। ਬਹੁਤ ਕੁਝ ਬਿਆਨ ਕਰ ਰਿਹਾ ਹੈ। ਕਦੇ ਇਸ ਸਰਾਏ ਅਮਾਨਤ ਖਾਂ ਵਿੱਚ ਖੂਬ ਰੌਣਕਾਂ ਲੱਗਦੀਆਂ ਰਹੀਆਂ ਹੋਣਗੀਆਂ। ਇਹ ਹੈ ਪੁਰਾਤਨ ਖੂਹ ਜੋ ਸਰਾਏ ਅਮਾਨਤ ਖਾਂ ਦੇ ਬਾਹਰ ਵਾਰ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਲ ਹੀ ਬਣਾਇਆ ਗਿਆ ਸੀ।
ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਇਸ ਨੂੰ ਰੈਨੋਵੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਬਹੁਤ ਸਾਰੇ ਖੂਹ ਅਤੇ ਖੂਹੀਆਂ ਹੁਣ ਮਿੱਟੀ ਨਾਲ ਪੂਰੇ ਜਾ ਚੁੱਕੇ ਹਨ। ਅਤ ਸੁੰਦਰ, ਦਿਲਕਸ਼ ਇਹ ਪੁਰਾਤਨ ਖੂਹ, ਜਿਸ ਤੱਕ ਪਹੁੰਚਣ ਲਈ ਸੀੜੀਆਂ ਦਾ ਨਿਰਮਾਣ ਕੀਤਾ ਗਿਆ ਸੀ, ਹੁਣ ਬਸ ਅਵਸ਼ੇਸ਼ਾਂ ਤੋਂ ਇਲਾਵਾ ਇੱਥੇ ਕੁਝ ਵੀ ਨਹੀਂ ਬਚਿਆ। ਇਸ ਨੂੰ ਦੇਖਣ ਤੋਂ ਬਾਅਦ ਅਸੀਂ ਆਪਣੀ ਮੰਜ਼ਿਲ ਅੱਗੇ ਸ਼ੇਰਸ਼ਾਹ ਸੂਰੀ ਮਾਰਗ 'ਤੇ ਚੱਲਦੇ ਹੋਏ ਤਰਨ ਤਾਰਨ ਸਾਹਿਬ ਵੱਲ ਨੂੰ ਚੱਲਾਂਗੇ। ਦੂਰੋਂ ਨਜ਼ਰ ਆ ਰਿਹਾ ਹੈ ਉਹ ਪੁਰਾਤਨ ਖੂਹ, ਅਤੇ ਅਸੀਂ ਚੱਲ ਰਹੇ ਹਾਂ ਸ਼ੇਰਸ਼ਾਹ ਸੂਰੀ ਮਾਰਗ, ਜੋ ਲਾਹੌਰ ਤੋਂ ਦਿੱਲੀ ਤੱਕ ਦੇ ਸਫ਼ਰ ਦੀ ਸਾਡੇ ਨਾਲ ਸਾਂਝ ਰੱਖੇਗਾ। ਅਤੇ ਅਮਾਨਤ ਖਾਂ ਲੰਘਦੇ ਸਾਰ ਹੀ ਨਜ਼ਰ ਆ ਰਿਹਾ ਹੈ ਤੀਜਾ ਕੋਸ ਮੀਨਾਰ, ਇਸ ਸਫ਼ਰ ਨੂੰ ਅੱਗੇ ਚੱਲਦੇ ਹੋਏ ਅਸੀਂ ਮਿਲਾਂਗੇ ਤੁਹਾਨੂੰ ਆਪਣੇ ਅਗਲੇ ਵਲਾਗ ਵਿੱਚ। ਤਦ ਤੱਕ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। ਅਲਵਿਦਾ।